Good morning, students. As we know that we have discussed ignition system, that is, it is of two type. Ignition system that is of two type. First is beaker contact ignition system, and second is electronic ignition system. ਇਹਦੀ ਵੀਡੀਓ ਮੈਂ ਬਣਾ ਚੁੱਕਿਆ ਵਾਂ ਤੇ ਆ ਦੂਸਰੇ ਦੀ ਵੀਡੀਓ ਮੈਂ ਬਣਾਉਣ ਜਾ ਰਿਹਾ ਵਾਂ ਤਾਂ ਇਹ ਦੋਨੋਂ ਵੀਡੀਓਜ਼ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਣਾ ਤਾਂ ਧਿਆਨ ਨਾਲ ਦੇਖ ਕੇ ਦੋਨਾਂ ਦੇ ਵਿੱਚ ਤੁਹਾਨੂੰ ਆਪੇ ਹੀ ਡਿਫਰੈਂਸ ਪਤਾ ਲੱਗ ਜੂਗਾ ਠੀਕ ਹੈ ਉਹਦੇ ਵਿੱਚ ਡਿਫਰੈਂਸ ਨਾਲ ਇਹ ਹੈ ਕਿ ਤੁਹਾਨੂੰ ਜੇ ਪੇਪਰ ਦੇ ਵਿੱਚ ਆ ਸਕਦਾ ਤਾਂ ਤੁਸੀਂ ਈਜ਼ੀਲੀ ਉਹ ਕੁਐਸਚਨ ਨੂੰ ਅਟੈਂਪਟ ਕਰ ਸਕਦੇ ਹੋ ਚਲੋ ਆਪਾਂ ਹੁਣ ਨੈਕਸਟ ਸ਼ੁਰੂ ਕਰੀਏ ਇਲੈਕਟ੍ਰੋਨਿਕ ਇਗਨੀਸ਼ਨ ਸਿਸਟਮ ਠੀਕ ਹੈ ਜੀ ਪਹਿਲਾਂ ਆਪਾਂ ਦੇਖਦੇ ਹਾਂ ਕੰਪੋਨੈਂਟਸ ਇਹਦੇ ਵਿੱਚ ਕੰਪੋਨੈਂਟਸ ਕੀ ਨੇ ਇਹਦੇ ਵਿੱਚ ਕੰਪੋਨੈਂਟਸ ਸੌਰੀ ਇੱਥੇ ਕੰਟੈਕਟ ਵੀਕਰ ਦੀ ਜਗ੍ਹਾ ਆਰਮੇਚਰ ਆਉਣਾ ਸੀ ਕਿ ਜਿਹੜਾ ਆਪਣਾ ਕੰਟੈਕਟ ਵੀਕਰ ਆ ਉਹ ਆਰਮੇਚਰ ਦੇ ਨਾਲ ਆਪਾਂ ਰਿਪਲੇਸ ਕਰਦਾ ਠੀਕ ਹੈ ਆਰਮੇਚਰ ਦੇ ਵਿੱਚ ਕੀ ਹੈ ਇਹਦੇ ਵਿੱਚ ਰੋਟੇਟਿੰਗ ਇੱਕ ਵੀਲ ਆ ਜਿਹਦੇ ਉੱਤੇ ਆਪਣੇ ਆ ਟੀਥ ਲੱਗੇ ਹੋਏ ਨੇ ਤੇ ਇਹਨੂੰ ਕਹਿੰਦੇ ਆ ਪਿਕਅਪ ਕੋਇਲ ਆ ਪਿਕਅਪ ਕੋਇਲ ਆ ਜਿਹੜਾ ਆਰਮੇਚਰ ਦਾ ਹੀ ਇੱਕ ਪਾਰਟ ਹੈ ਤਾਂ ਆ ਬੈਟਰੀ ਵਿਦ ਇਗਨੀਸ਼ਨ ਸਵਿੱਚ ਬੈਟਰੀ ਤੁਸੀਂ ਦੇਖੀ ਹੈ ਪਿਛਲੇ ਕੰਟੈਕਟ ਬੀਕਰ ਕੰਟੈਕਟ ਟਾਈਪ ਦੇ ਵਿੱਚ ਬੈਟਰੀ ਦੇ ਨਾਲ ਇੱਕ ਜਿਹੜਾ ਐਂਡ ਆ ਅਰਥ ਕੀਤਾ ਹੋਇਆ ਵਾ ਠੀਕ ਹੈ ਜੀ ਜਿਹੜਾ ਪੋਜ਼ਿਟਿਵ ਟਰਮੀਨਲ ਆ ਉਹ ਕਿਹਨੂੰ ਅਟੈਚ ਆ ਆਪਣੀ ਇਗਨੀਸ਼ਨ ਸਵਿੱਚ ਨੂੰ ਅਟੈਚ ਆ ਨੈਕਸਟ ਆ ਗਿਆ ਜੀ ਆਪਣਾ ਇਲੈਕਟ੍ਰੋਨਿਕ ਇਗਨੀਸ਼ਨ ਮੋਡਿਊਲ ਜਿਹਨੂੰ ਆਪਾਂ EIMB ਕਹਿ ਦਿੰਦੇ ਹਾਂ ਇਲੈਕਟ੍ਰੋਨਿਕ ਇਗਨੀਸ਼ਨ ਮੋਡਿਊਲ ਨੈਕਸਟ ਆ ਗਿਆ ਆਪਣੇ ਕੋਲ ਕੋਇਲ ਵਾਈਂਡਿੰਗ ਆ ਕੋਇਲ ਵਾਈਂਡਿੰਗ ਆ ਜਿਵੇਂ ਕਿ ਆਪਾਂ ਕੰਟੈਕਟ ਬੀਕਰ ਦੇ ਵਿੱਚ ਦੇਖਿਆ ਜਿਹੜੇ ਕਲੋਜ਼ਲੀ ਨੰਬਰ ਆਫ ਟਰਨਸ ਆ ਜਿਹਦੀਆਂ ਨੰਬਰ ਆਫ ਟਰਨਸ ਮੋਰ ਨੇ ਉਹਨੂੰ ਆਪਾਂ ਸੈਕੰਡਰੀ ਵਾਈਂਡਿੰਗ ਕਹਿ ਦਿੰਦੇ ਹਾਂ ਜਿਹਦੇ ਵਿੱਚ ਨੰਬਰ ਆਫ ਟਰਨਸ ਵਾਈਡਲੀ ਸਪੇਸਡ ਨੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਾਇਮਰੀ ਅਤੇ ਜਿਹੜੇ ਸੈਕੰਡਰੀ ਵਾਈਂਡਿੰਗ ਨੰਬਰ ਆਫ ਟਰਨਸ ਇਨ ਸੈਕੰਡਰੀ ਵਾਈਂਡਿੰਗ ਇਜ਼ ਗ੍ਰੇਟਰ ਦੈਨ ਦੀ ਪ੍ਰਾਇਮਰੀ ਵਾਈਂਡਿੰਗ ਨੈਕਸਟ ਆ ਗਿਆ ਆਪਣਾ ਡਿਸਟ੍ਰੀਬਿਊਟਰ ਵਿਦ ਰੋਟੇਟਿੰਗ ਆਰਮ ਸਿਮੀਲਰਲੀ ਐਜ਼ ਇਨ ਵੀਕਰ ਕੰਟੈਕਟ ਇਗਨੀਸ਼ਨ ਸਿਸਟਮ ਆ ਡਿਸਟ੍ਰੀਬਿਊਟਰ ਪੁਆਇੰਟਸ ਨੇ ਠੀਕ ਹੈ ਜੀ ਜਿਹੜੇ ਡਿਸਟ੍ਰੀਬਿਊਟ ਕਰਦੇ ਆ ਕਰੰਟ ਟੂ ਦੀ ਸਪਾਰਕ ਪਲੱਗ ਹੁਣ ਦੇਖੋ ਆਪਣੇ ਕੋਲ ਆ ਮੈਂ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਪੜ੍ਹਾ ਚੁੱਕਿਆ ਕਿ ਆਪਣੇ ਕੋਲ ਜਿਹੜਾ ਕੰਟੈਕਟ ਬੀਕਰ ਹੈ ਆਹ ਵਾਲਾ ਕੰਟੈਕਟ ਬੀਕਰ ਜਿਹੜੀ ਸਾਰੀ ਅਰੇਂਜਮੈਂਟ ਆ ਉਹ ਇੱਕ ਅਰੇਂਜਮੈਂਟ ਦੇ ਨਾਲ ਆਪਾਂ ਰਿਪਲੇਸ ਕੀਤੀ ਹੋਈ ਹੈ ਆਰਮੇਚਰ ਦੇ ਨਾਲ ਠੀਕ ਹੈ ਜੀ ਜਸਟ ਇਹੀ ਦੋਨਾਂ ਦੇ ਵਿੱਚ ਡਿਫਰੈਂਸ ਆ ਉਹਦੇ ਵਿੱਚ ਕੰਟੈਕਟ ਵੀਕਰ ਅਰੇਂਜਮੈਂਟ ਹੈ ਇਹਦੇ ਵਿੱਚ ਕੀ ਆ ਆਰਮੇਚਰ ਆਪਾਂ ਯੂਜ਼ ਕਰਦੇ ਹਾਂ ਇਨਸਟੈਡ ਆਫ ਬੀਕਰ ਪੁਆਇੰਟ ਟਾਈਪ ਇਗਨੀਸ਼ਨ ਬੀਕਰ ਪੁਆਇੰਟ 'ਚ ਠੀਕ ਹੈ ਜੀ ਆ ਗਿਆ ਆਪਣਾ ਆਰਮੇਚਰ ਇਹ ਕਿਹਦੇ ਨਾਲ ਕਨੈਕਟ ਹੁੰਦਾ ਜਿਵੇਂ ਕਿ ਆਪਣੀ ਆ ਸੈਕੰਡਰੀ ਹੈ ਸੈਕੰਡਰੀ ਵਾਈਂਡਿੰਗ ਕਿਹਦੇ ਨਾਲ ਹਮੇਸ਼ਾ ਕਿਹਦੇ ਨਾਲ ਕਨੈਕਟ ਹੋਊਗੀ ਡਿਸਟ੍ਰੀਬਿਊਟਰ ਦੇ ਨਾਲ ਕਨੈਕਟ ਹੋਊਗੀ ਅਤੇ ਜਿਹੜਾ EIM ਉਹ ਆਪਣਾ ਪਿਕ ਪੁਆਇੰਟ ਨਾਲ ਕਨੈਕਟ ਹੋ ਕੇ ਇਗਨੀਸ਼ਨ ਇਲੈਕਟ੍ਰੋਨਿਕ ਮੋਡਿਊਲ ਦੇ ਨਾਲ ਕਨੈਕਟ ਹੋਊਗਾ ਜਦੋਂ ਇਹਦੇ ਵਿੱਚੋਂ ਕਰੰਟ ਔਨ ਹੋਣਾ ਠੀਕ ਹੈ ਜੀ ਆ ਕਰੰਟ ਔਨ ਕੀਤਾ ਇਗਨੀਸ਼ਨ ਸਵਿੱਚ ਤੋਂ ਤਾਂ ਕਰੰਟ ਕਿੱਥੇ ਗਿਆ ਇਲੈਕਟ੍ਰੋਨਿਕ ਇਗਨੀਸ਼ਨ ਮੋਡਿਊਲ ਦੇ ਵਿੱਚ ਗਿਆ ਇਲੈਕਟ੍ਰੋਨਿਕ ਇਗਨੀਸ਼ਨ ਮੋਡਿਊਲ ਦੇ ਵਿੱਚੋਂ ਜਾ ਕੇ ਉਹ ਕਿੱਥੇ ਗਿਆ ਪ੍ਰਾਇਮਰੀ ਦੇ ਵਿੱਚ ਇੱਥੇ ਮੈਂ ਥੋੜ੍ਹੀ ਜਿਹੀ ਡਾਇਗ੍ਰਾਮ ਵਿੱਚ ਰਹਿ ਗਈ ਅਤੇ ਅੱਗੇ ਦੱਸਣਾ ਮੈਂ ਤੁਹਾਨੂੰ ਇਸ ਤਰ੍ਹਾਂ ਜਦੋਂ ਬੈਟਰੀ ਨੇ ਔਨ ਕੀਤਾ ਜਦੋਂ ਬੈਟਰੀ ਇਗਨੀਸ਼ਨ ਸਵਿੱਚ ਦੇ ਥਰੂ ਜਦੋਂ ਆਪਾਂ ਔਨ ਕੀਤੀ ਤਾਂ ਕਰੰਟ ਕੀ ਹੈ ਬੈਟਰੀ ਦੇ ਵਿੱਚੋਂ ਫਲੋ ਹੋ ਕੇ EIM ਦੇ ਵਿੱਚ ਗਿਆ EIM ਦੇ ਵਿੱਚ ਜਾ ਕੇ ਉਹ ਕਿਹਦੇ ਵਿੱਚ ਗਿਆ ਪ੍ਰਾਇਮਰੀ ਵਾਈਂਡਿੰਗ 'ਚੋਂ ਉਹ ਫਿਰ ਕਿੱਥੇ ਗਿਆ EIM ਦੇ ਵਿੱਚ ਹੁਣ ਇਹਦੇ ਵਿੱਚ
ਇਹਦੇ ਵਿੱਚ ਫਰਕ ਦੇਖੋ ਕੀ ਹੈ, ਆਹ ਜਿਹੜਾ ਰੋਟੇਟਿੰਗ ਟੀਥ ਆ, ਠੀਕ ਹੈ ਜੀ, ਜਿਹਨੂੰ ਆਪਾਂ ਰੋਟੇਟਿੰਗ ਵੀਲ ਆ ਟੀਥ ਪ੍ਰੋਵਾਈਡ ਹੋਏ ਹੋਏ ਨੇ ਇਹਦੇ ਵਿੱਚ, ਜਦੋਂ ਇਹ ਟੀਥ ਆ ਪਿੱਕ ਪੁਆਇੰਟ ਦੇ ਸਾਹਮਣੇ ਆ ਜਾਂਦਾ ਤਾਂ ਉਹ ਕੀ ਹੈ ਇੱਕ ਸਿਗਨਲ ਸੈਂਡ ਕਰਦਾ। ਕਿਸ ਨੂੰ ਸਿਗਨਲ ਸੈਂਡ ਕਰਦਾ? ਇਲੈਕਟ੍ਰੋਨਿਕ ਇਗਨੀਸ਼ਨ ਮੋਡਿਊਲ ਨੂੰ ਸੈਂਡ ਕਰਦਾ, ਅਤੇ ਉਹ ਕੀ ਹੈ ਕਰੰਟ ਨੂੰ ਸਟੋਪ ਕਰ ਦਿੰਦਾ ਫਲੋਇੰਗ ਫਰੋਮ ਪ੍ਰਾਇਮਰੀ ਕੋਇਲ। ਜਦੋਂ ਇਹ ਅੱਗੇ ਚਲੇ ਜਾਂਦਾ ਵਾ, ਜਦੋਂ ਇਹ ਟੀਥ ਅੱਗੇ ਚਲੇ ਗਿਆ ਤਾਂ ਆਹ ਵਿੱਚ ਆਹ ਜਿਹੜਾ ਇੰਨਾ ਡਿਸਟੈਂਸ ਆ ਉਹ ਫਿਰ ਕੀ ਹੈ ਸਿਗਨਲ ਸੈਂਡ ਕਰਦਾ ਅਤੇ ਕਰੰਟ ਕੀ ਹੈ ਫਿਰ ਫਲੋ ਸ਼ੁਰੂ ਹੋ ਜਾਂਦਾ, ਤਾਂ ਕਰੰਟ ਕੀ ਹੈ ਕਰੰਟ ਦਾ ਫਲੋ ਸਟਾਰਟ ਹੋ ਜਾਂਦਾ ਜਦੋਂ ਆ ਟੀਥ ਅੱਗੇ ਚਲੇ ਜਾਂਦੇ ਆ। ਜਦੋਂ ਟੀਥ ਫਿਰ ਇੱਥੇ ਆ ਗਿਆ ਤਾਂ ਉਹ ਕੀ ਆ ਕਰੰਟ ਰੁਕ ਜੂਗਾ, ਜਦੋਂ ਇਹ ਟੀਥ ਅੱਗੇ ਪਾਸ ਆਊਟ ਕਰ ਗਿਆ ਇਹਨੂੰ ਤਾਂ ਕਰੰਟ ਕੀ ਆ ਫਲੋ ਕਰਨਾ ਸ਼ੁਰੂ ਕਰ ਦੂਗਾ। ਉਹਦੇ ਨਾਲ ਕੀ ਹੋਊਗਾ ਆਪਣੇ ਇਹਦੇ ਵਿੱਚ ਮੈਗਨੈਟਿਕ ਫੀਲਡ ਕ੍ਰੀਏਟ ਹੋਊਗਾ, ਅਤੇ ਜਦੋਂ ਮੈਗਨੈਟਿਕ ਫੀਲਡ ਕ੍ਰੀਏਟ ਹੋਊਗਾ ਤਾਂ ਇੰਡਿਊਸਡ ਈ ਐਮ ਐਫ ਵੀ ਕ੍ਰੀਏਟ ਹੋਊਗੀ, ਠੀਕ ਹੈ ਜੀ। ਜਦੋਂ ਇਹ ਕ੍ਰੀਏਟ ਹੋਊਗੀ ਤਾਂ ਜਿਹੜਾ ਇਹਦਾ ਵੋਲਟੇਜ ਰਾਈਜ਼ ਹੋਊਗਾ ਅਤੇ ਉਹ ਸੈਕੰਡਰੀ ਵਾਈਂਡਿੰਗ ਦੇ ਵਿੱਚੋਂ ਪਾਸ ਹੋ ਕੇ ਡਿਸਟ੍ਰੀਬਿਊਟਰ ਦੇ ਵਿੱਚ ਜਾਊਗਾ, ਡਿਸਟ੍ਰੀਬਿਊਟਰ ਦੇ ਵਿੱਚ ਚਲੇ ਜਾਊਗਾ। ਅਤੇ ਡਿਸਟ੍ਰੀਬਿਊਟਰ ਦਾ ਜਿਹੜਾ ਵਨ ਐਂਡ ਆ ਉਹ ਕਿਹਨੂੰ ਕਨੈਕਟਡ ਆ? ਰੋਟੇਟਿੰਗ ਆਰਮ ਨੂੰ ਕਨੈਕਟ ਆ। ਆਹ ਦੇਖੋ ਆਹ ਰੋਟੇਟਿੰਗ ਆਰਮ ਆ, ਅਤੇ ਰੋਟੇਟਿੰਗ ਆਰਮ ਤੋਂ ਜਿਹੜੀ ਕਰੰਟ ਕਿੱਥੋਂ ਫਲੋ ਕਰ ਰਿਹਾ ਵਾ ਉਹ ਕਰ ਰਿਹਾ ਡਿਸਟ੍ਰੀਬਿਊਟਰ ਪੁਆਇੰਟ ਦੇ ਵਿੱਚ, ਡਿਸਟ੍ਰੀਬਿਊਟਰ ਪੁਆਇੰਟਸ 'ਚ ਫਲੋ ਕਰੂਗਾ। ਐਂਡ ਫਰੋਮ ਡਿਸਟ੍ਰੀਬਿਊਟਰ ਪੁਆਇੰਟ ਇਟ ਇਜ਼ ਕਨੈਕਟਡ ਟੂ ਦੀ ਸਪਾਰਕ ਪਲੱਗ ਵਿਦ ਦਾ ਹੈਲਪ ਆਫ ਇਗਨੀਸ਼ਨ ਵਾਇਰ, ਠੀਕ ਹੈ ਜੀ, ਇਗਨੀਸ਼ਨ ਵਾਇਰ। ਤਾਂ ਉਹ ਕੀ ਹੈ ਕਿਹਦੇ ਨਾਲ ਕਨੈਕਟਡ ਆ? ਸਪਾਰਕ ਪਲੱਗ ਨਾਲ। ਅਤੇ ਸਪਾਰਕ ਪਲੱਗ ਕਿਹਦੇ ਵਿੱਚ ਫਿੱਟ ਹੁੰਦਾ? ਇੰਜਨ ਸਿਲੰਡਰ ਦੇ ਵਿੱਚ ਫਿੱਟ ਹੁੰਦਾ। ਜਦੋਂ ਸਪਾਰਕ ਕਰਨਾ ਤਾਂ ਜਿਹੜਾ ਫਿਊਲ ਏਅਰ ਫਿਊਲ ਮਿਕਸਚਰ ਆ ਉਹ ਬਰਨ ਹੁੰਦਾ ਵਾ ਅਤੇ ਇੰਜਨ ਨੂੰ ਪਾਵਰ ਮਿਲਦੀ ਹੈ, ਠੀਕ ਹੈ ਜੀ। ਆ ਅੱਗੇ ਇਹਦੀ ਵਰਕਿੰਗ ਦਿੱਤੀ ਹੋਈ ਹੈ ਥਰੈਟੀਕਲ, ਜਿਹੜੀ ਕਿ ਤੁਸੀਂ ਆਪਣੀ ਕਾਪੀ ਜਾਂ ਬੇਸ 'ਤੇ ਉਤਾਰ ਕੇ ਇਸਨੂੰ ਇੱਕ ਨੋਟਸ ਦੇ ਰੂਪ ਦੇ ਵਿੱਚ ਆਪਣੇ ਕੋਲ ਰੱਖਣਾ। ਮੈਂ ਇੱਕ ਵਾਰ ਪੜ੍ਹ ਦਿੰਦਾ, ਬਾਕੀ ਦੇਖ ਲਿਓ, ਕਿਉਂਕਿ ਵੀਡੀਓ ਵੱਡੀ ਹੋ ਜਾਂਦੀ ਹੈ ਇਸ ਕਰਕੇ ਮੈਂ ਇਨ ਸ਼ੋਰਟ ਹੀ ਸਮਝਾ ਰਿਹਾ ਅਤੇ ਸੈਂਡ ਕਰਨੀ ਔਖੀ ਹੋ ਜਾਂਦੀ ਹੈ। ਫਿਰ ਦਾ ਮੇਨ ਡਿਫਰੈਂਸ ਬਿਟਵੀਨ ਦਾ ਬੀਕਰ ਪੁਆਇੰਟ ਐਂਡ ਇਗਨੀਸ਼ਨ ਐਂਡ ਇਲੈਕਟ੍ਰੋਨਿਕ ਇਗਨੀਸ਼ਨ ਸਿਸਟਮ ਇਜ਼ ਰਿਪਲੇਸਡ ਬਾਈ ਦੀ ਆਰਮੇਚਰ, ਠੀਕ ਹੈ ਜੀ। ਆਰਮੇਚਰ ਦਾ ਫੰਕਸ਼ਨ ਕੀ ਹੈ? ਇਟ ਸੈਂਡਸ ਸਿਗਨਲ ਟੂ ਦੀ ਇਗਨੀਸ਼ਨ ਮੋਡਿਊਲ, ਦੈਟ ਇਜ਼ ਇੰਜਨ ਇਗਨੀਸ਼ਨ ਮੋਡਿਊਲ, ਟੂ ਮੇਕ ਐਂਡ ਬ੍ਰੇਕ ਦੀ ਸਰਕਟ। ਮਤਲਬ ਜਦੋਂ ਉਹਨੇ ਟੀਥ ਉਹਦੇ ਸਾਹਮਣੇ ਪਾਸ ਕਰੂਗਾ ਪਿਕਅਪ ਪੁਆਇੰਟ ਦੇ ਤਾਂ ਉਹ ਕੀ ਹੈ ਸਰਕਟ ਬ੍ਰੇਕ ਹੋ ਜੂਗਾ, ਜਦੋਂ ਟੀਥ ਅੱਗੇ ਨਿਕਲ ਜੂਗਾ ਤਾਂ ਸਰਕਟ ਕੀ ਹੈ ਕਲੋਜ਼ ਹੋ ਜੂਗਾ। ਮਤਲਬ ਕਰੰਟ ਫਲੋ ਕਰੂਗਾ, ਜੇ ਬ੍ਰੇਕ ਹੋ ਗਿਆ ਤਾਂ ਕਰੰਟ ਫਲੋ ਨਹੀਂ ਕਰੂਗਾ, ਜਿਸ ਨਾਲ ਕੀ ਆ ਜਦੋਂ ਇਗਨੀਸ਼ਨ ਸਵਿੱਚ ਟਰਨ ਅਤੇ ਆਫ ਟਰਨ ਆਫ ਟਰਨ ਆਫ ਵਾਰ ਵਾਰ ਹੋਊਗਾ ਤਾਂ ਉਹਦੇ ਵਿੱਚ ਕੀ ਆ ਇੱਕ ਵੋਲਟੇਜ, ਉਹਦੇ ਵਿੱਚ ਕੀ ਆ ਮੈਗਨੈਟਿਕ ਫੀਲਡ ਕ੍ਰੀਏਟ ਹੋਊਗਾ ਵਿੱਚ ਇੰਡਿਊਸਡ ਈ ਐਮ ਐਫ, ਅਤੇ ਨਾਲ ਵਿੱਚ ਇਸ ਕ੍ਰੀਏਟਿਡ ਇੰਡਿਊਸਡ ਈ ਐਮ ਐਫ ਐਂਡ ਇੰਡਿਊਸਡ ਇਨ ਦੀ ਸੈਕੰਡਰੀ ਵਾਈਂਡਿੰਗ ਐਂਡ ਕੋਜ਼ਿਸ ਦੀ ਵੋਲਟੇਜ ਟੂ ਇਨਕਰੀਜ਼ਡ ਅਪ ਟੂ 50,000 ਵੋਲਟ, ਠੀਕ ਹੈ ਜੀ। ਦੈਨ ਅ ਰੋਟਰ ਇਨਸਾਈਡ ਦੀ ਡਿਸਟ੍ਰੀਬਿਊਟਰ ਰੋਟੇਟਸ ਅਕੋਰਡਿੰਗ ਟੂ ਦੀ ਇਗਨੀਸ਼ਨ ਟਾਈਮਿੰਗ, ਅਤੇ ਜਿਵੇਂ ਵੀ ਉਹ ਡਿਸਟ੍ਰੀਬਿਊਟਰ ਦੇ ਵਿੱਚ ਜਾਊਗੀ ਤਾਂ ਉਹ ਇਗਨੀਸ਼ਨ ਟਾਈਮਿੰਗ ਦੇ ਅਕੋਰਡਿੰਗ ਕੀ ਆ ਸਪਾਰਕ ਪਲੱਗ ਨੂੰ ਸਪਾਰਕ ਪ੍ਰੋਵਾਈਡ ਕਰੂਗੀ। ਵੈਨ ਰੋਟਰ ਕਮਸ ਐਗਜੈਕਟਲੀ ਇਨ ਫਰੰਟ ਆਫ ਦੀ ਡਿਸਟ੍ਰੀਬਿਊਟਰ ਪੁਆਇੰਟ ਦਾ ਵੋਲਟੇਜ ਜੰਪ ਡਿਊ ਟੂ ਦੀ ਏਅਰ ਗੈਪ ਫਰੋਮ ਰੋਟਰ ਟੂ ਦੀ ਪੁਆਇੰਟ ਐਂਡ ਹਾਈ ਵੋਲਟੇਜ ਇਜ਼ ਟ੍ਰਾਂਸਫਰਡ ਫਰੋਮ ਦੀ ਡਿਸਟ੍ਰੀਬਿਊਟਰ ਟੂ ਦੀ ਸਪਾਰਕ ਪਲੱਗ ਟਰਮੀਨਲ
by high tension cables or ignition cables. Next, a spark plug is consist of, मैं थोनू पिछली वीडियो विच भी दस चुका कि spark plug दे तीन parts ने, पहला की है insulator है, दूजा की है central electrode है, third one is the ground electrode. ठीक है जी, लिखा हुआ बाकी. A voltage difference is generated between central electrode and ground electrode. Then a voltage, when voltage exceeds the strength of dry electric strength of gases between these electrodes, kade electrodes ground te central de vich, then gases ionization gas becomes a good conductor for current to flow through gap and spark is produced. ठीक है, हाँ मैं थोनू पिछली स्लाइड पिछले बीकर पॉइंट के विच भी दिखाए सी कंपोनेंट्स, इस ते भी मैं थोनू ना मेंशन कीता होया वे इंसुलेटर सेंट्रल इलेक्ट्रोड ग्राउंड इलेक्ट्रोड. ठीक है जी, एदा वन एंड की आ अर्थ आ, ते वन एंड इज कनेक्टेड टू दी हाई टेंशन केबल या इग्निशन केबल्स विच इज कनेक्टेड टू दी डिस्ट्रीब्यूटर पॉइंट. ठीक है जी, तो इतने अपना की आ दो इग्निशन सिस्टम कंप्लीट होंगे ने. ठीक है जी, टू इग्निशन सिस्टम अपने कंप्लीट हो गए. तो ये वीडियो नूं बार बार देखना है, जे कोई प्रॉब्लम आ रही है तो मेरे नंबर पर मैनू कॉल कर लियो, मेरा नंबर पता ही है 9463126115. ठीक है जी, बाकी जे कोई प्रॉब्लम आती है तो तुसी अपने सजेशन भी सेंड कर सकते हो कि मैं थोनू लैंग्वेज कड़ी प्रैफर करा, कि इंग्लिश दे विच चाहिए है वीडियो या पंजाबी या हिंदी, जिमें भी थोनू जड़ी भी लैंग्वेज दे विच तुसी प्रैफर करोगे उही लैंग्वेज दे विच आपां वीडियोस बना देंगे. चलो ठीक है, थैंक यू एंड स्टे होम स्टे सेफ.